18 ਸਾਲਾਂ ਦਾ ਹੋ ਗਿਆ ਮੈਂ, ਲੱਗਦਾ ਜਿਵੇਂ ਕੱਲ ਦੀ ਗੱਲ ਆ। ਬਾਪੂ ਦੇ ਹੁੰਦਿਆਂ ਮਾੜਾ ਟਾਈਮ ਐਂ ਟੱਪ ਜਾਂਦਾ ਜਿਵੇਂ ਹੁੰਦਾ ਕੋਈ ਪਾਣੀ ਦੀ ਛੱਲ ਆ। ਬਿਨਾਂ ਸੋਚੇ ਸਭ ਲਾਉਣਾ ਮੇਰੇ 'ਤੇ, ਇਹਦਾ ਤਾਂ ਮੈਥੋਂ ਮੋੜ ਨਹੀਂ ਹੋਣਾ। ਪਰ ਇੱਕ ਵਾਅਦਾ ਜ਼ਰੂਰ ਹੈ ਬਾਪੂ, ਆਉਣ ਵਾਲੇ ਟਾਈਮ 'ਚ ਤੁਹਾਨੂੰ ਕਿਸੇ ਚੀਜ਼ ਦਾ ਥੋੜ ਨਹੀਂ ਹੋਣਾ। ਨਿੱਕਾ ਜਿਹਾ ਹੁੰਦਾ ਸੀ ਮੈਂ, ਜ਼ਿੱਦ ਬਾਪੂ ਨੇ ਸੀ ਫੜ ਲਈ, ਕਹਿੰਦਾ ਆਪ ਤਾਂ ਸਰਕਾਰੀ 'ਚ ਸੀ, ਉਹ ਤਾਂ ਹੁਣ ਤੂੰ ਕੋਨਵੈਂਟ 'ਚ ਦੱਬ ਕੇ ਪੜ੍ਹ ਲਈ। ਕਿੰਨਾ ਕੁਛ ਕੀਤਾ ਤੁਸੀਂ ਮੇਰੇ ਲਈ, ਇਹਦਾ ਤਾਂ ਮੈਥੋਂ ਮੋੜ ਨਹੀਂ ਹੋਣਾ। ਪਰ ਇੱਕ ਵਾਅਦਾ ਜ਼ਰੂਰ ਹੈ ਬਾਪੂ, ਆਉਣ ਵਾਲੇ ਟਾਈਮ 'ਚ ਤੁਹਾਨੂੰ ਕਿਸੇ ਚੀਜ਼ ਦਾ ਥੋੜ ਨਹੀਂ ਹੋਣਾ। ਕੀਤਾ ਤੁਸੀਂ ਮੇਰਾ ਇੰਨਾ, ਸੋਚਦਾ ਕੋਈ ਕਿਵੇਂ ਇੰਨਾ ਕਰ ਸਕਦਾ। ਹੈਰਾਨੀ ਜੀ ਹੁੰਦੀ ਆ ਸੋਚ ਕੇ ਕਿ ਬਾਪੂ ਮੇਰੇ ਲਈ ਕੰਮ ਕਰਦਾ ਨਹੀਂ ਸੀ ਕਦੇ ਥੱਕਦਾ। ਸਾਲ ਕੁ ਪਹਿਲਾਂ ਮੈਂ ਕਨੇਡਾ ਕਰਦਾ ਸੀ, ਪੁੱਤ ਦਾ ਸੁਪਨਾ ਟੁੱਟ ਨਾ ਜਾਵੇ ਇਸ ਕਰਕੇ ਬਾਪੂ ਦਿਲ ਦਾ ਹਾਲ ਬਿਆਨ ਕਰਨ ਤੋਂ ਡਰਦਾ ਸੀ। ਜਿਹੜਾ ਸਮੇਂ ਦੇ ਵਾਂਗ ਬਿਨਾਂ ਰੁਕਿਆਂ ਸਾਰਾ ਜੀਵਨ ਲਾਇਆ ਮੇਰੇ 'ਤੇ, ਇਹ ਤਾਂ ਨਹੀਂ ਮੈਥੋਂ ਭੁੱਲ ਹੋਣਾ। ਪਰ ਇੱਕ ਵਾਅਦਾ ਜ਼ਰੂਰ ਹੈ ਬਾਪੂ, ਆਉਣ ਵਾਲੇ ਟਾਈਮ 'ਚ ਤੁਹਾਨੂੰ ਕਿਸੇ ਚੀਜ਼ ਦਾ ਥੋੜ ਨਹੀਂ ਹੋਣਾ। ਜਿਹੜੇ ਤੁਰੇ ਫਿਰਦੇ ਆ ਕੁੜੀਆਂ ਪਿੱਛੇ, ਲੈ ਕੇ ਲਵ ਯੂ ਅਤੇ ਗੁਲਦਸਤੇ, ਪਿਆਰ ਜਿਤਾਲੋ ਮਾਪਿਆਂ ਨਾਲ, ਖੁੱਲ੍ਹ ਜਾਣਗੇ ਸਾਰੇ ਰਸਤੇ। ਕੁਛ ਕਰ ਲਓ ਚੰਗਾ ਜੋ ਹੋਵੇ ਮਾਣ ਮਾਪਿਆਂ ਨੂੰ, ਕੁੜੀਆਂ ਦਾ ਫਿਰ ਥੋੜ ਨਹੀਂ ਹੋਣਾ। ਪਰ ਇੱਕ ਵਾਅਦਾ ਜ਼ਰੂਰ ਹੈ ਬਾਪੂ, ਆਉਣ ਵਾਲੇ ਟਾਈਮ 'ਚ ਤੁਹਾਨੂੰ ਕਿਸੇ ਚੀਜ਼ ਦਾ ਥੋੜ ਨਹੀਂ ਹੋਣਾ। ਬੰਦੇ ਵਿੱਚ ਵੀ ਰੱਬ ਹੁੰਦਾ, ਵੇਖ ਮਾਪਿਆਂ ਨੂੰ ਗੱਲ ਜਿਹੀ ਸੱਚ ਲੱਗਦੀ ਆ। ਨਾਲ ਜਦੋਂ ਬੇਬੇ ਖੜੀ ਹੋਵੇ ਤਾਂ ਥੋੜ੍ਹੀ ਜੋੜੀ ਬਹੁਤ ਫੱਬਦੀ ਆ। ਲੋਕ ਲੱਭਦੇ ਰੱਬ ਨੂੰ ਮੰਦਿਰ ਮਸੀਦਾਂ 'ਚ, ਰੱਬ ਤਾਂ ਲੋਕੋ ਘਰੇ ਆ। ਅਫਸੋਸ ਬਥੇਰਿਆਂ ਨੂੰ ਪਤਾ ਲੱਗਦਾ ਜਦੋਂ ਉਹ ਅਸਲੀ ਰੱਬ ਹੋ ਜਾਂਦਾ ਪਰੇ ਆ। ਜੇ ਜ਼ਿੰਦਗੀ ਵਿੱਚ ਕੋਈ ਘਾਟਾ ਹੋਊ ਉਹ ਹੋਊ ਬਾਪੂ ਨੂੰ ਖੋਣਾ। ਮੇਰੇ ਪਿਆਰੇ ਮਿੱਤਰੋ, ਬਿਤਾਲੋ ਸਮਾਂ ਮਾਪਿਆਂ ਨਾਲ, ਕਿਉਂਕਿ ਬਾਅਦ ਵਿੱਚ ਉਹਨਾਂ ਦੇ ਕੀਤੇ ਦਾ ਮੋੜ ਨਹੀਂ ਹੋਣਾ। ਥੈਂਕ ਯੂ ਜੀ।